एक ईमानदार ते उच्ची सुची शिक्षा दे मालिक दीन दुखिया की सेवा करना अपना फर्ज समझन वाले सरदार मोहिंदर सिंह गिल जो कि बीते दिन अपनी संसार यात्रा पूरी करदिया गुरु चरणा विच जा विराजे। उन्होंने अपना सारा ही जीवन सेवा विच लगाया। उन्हों का जन्म मिति 20 सितंबर 1936 नूं होया। 1952 से 1956 तक सरदार मोहिंदर सिंह गिल नैशनल स्टूडेंट यूनियन फिरोजपुर तो प्रेजिडेंट रहे। 1966 से 1968 तक सेंट्रल कोऑपरेटिव बैंक फिरोजपुर तो डायरैक्टर रहे। 1972 तो बाद ऑल इंडिया कांग्रेस कमेटी के मैंबर रहे। सरदार मोहिंदर सिंह गिल 1971 से 1977 तक लोकसभा सीट फिरोजपुर तो MP रहे। 1992 बनूर कंसलटेंसी के MLA रहे। इस 1996 से 1997 तक स्टेट गवर्नमेंट ऑफ पंजाब के एग्रीकल्चर मिनिस्टर रहे। सरदार मोहिंदर सिंह गिल हमेशा ही सभना की सहायता लिए तैयार रहते सन। बीते दिन उन्होंने आत्मिक शांति लिए रखे गए पाठ के भुख पाए गए। साड़ी पंजाब पुलिस की टीम ने उन्होंने परिवारिक मैंबर गलबात की। पेश है एक रिपोर्ट। वाहेगुरू जी का खालसा। ਤੁਹਾਡੇ ਸਾਰਿਆਂ ਦਾ ਕੋਟ ਕੋਟ ਧੰਨਵਾਦ। ਇਸ ਸੋਗ ਦੇ ਮੌਕੇ 'ਤੇ ਮੈਂ ਆਪਦੇ ਅਤੇ ਆਪ ਸਭ ਦੇ ਬੇਹੱਦ ਪਿਆਰੇ ਸਵਰਗ ਵਾਸੀ ਸਰਦਾਰ ਮੋਹਿੰਦਰ ਸਿੰਘ ਗਿੱਲ ਜੀ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹਾਂਗੀ। ਕਬੀਰ ਸੰਤ ਨੂੰ ਇਹ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ। ਟੂ ਮਾਈ ਡੀਅਰਸਟ ਨਾਨਾ ਜੀ, ਦ ਮੈਨ, ਦ ਲੀਡਰ, ਦ ਲੈਜੈਂਡ, ਸਾਡੇ ਪਿਆਰੇ ਨਾਨਾ ਜੀ ਦੇ ਜੀਵਨ ਦੀ ਪੂੰਜੀ ਉਹ ਪਿਆਰ ਅਤੇ ਸਤਿਕਾਰ ਸੀ ਜੋ ਉਹਨਾਂ ਨੇ ਅੱਜ ਸਾਡੇ ਨਾਲ ਸ਼ਾਮਿਲ ਹਰ ਜਣੇ ਤੋਂ ਬਟੋਰਿਆ। ਨਾਨਾ ਜੀ ਨੇ ਕਦੇ ਆਪਦੀ ਸਫਲਤਾ ਨੂੰ ਦੁਨਿਆਵੀ ਤੱਥ ਪਦਾਰਥਾਂ ਨਾਲ ਨਹੀਂ ਤੋਲਿਆ। ਜੇ ਮੁੱਲ ਪਾਇਆ ਤਾਂ ਪਾਇਆ ਸੱਚੇ ਪਾਤਸ਼ਾਹ ਗੁਰੂ ਜੀ ਦੀ ਬਖਸ਼ਿਸ਼ਾਂ ਦਾ, ਵੱਡਿਆਂ ਦੀ ਅਸੀਸਾਂ ਦਾ, ਹਾਣੀਆਂ ਦੇ ਸਾਥ ਦਾ ਅਤੇ ਆਪਦੇ ਤੋਂ ਛੋਟਿਆਂ ਦੇ ਸੱਚੇ ਪਿਆਰ ਦਾ। ਆਪਣੀ ਹੋਂਦ ਨਾਲ ਜੂਝ ਰਹੇ ਪੰਜਾਬੀਆਂ ਦੇ ਹੱਕ ਲਈ ਜਦ ਕਿਰਪਾਨ ਕਾਨੂੰਨ ਤੋਂ ਭਾਰੀ ਸੀ, ਨਾਨਾ ਜੀ ਨੇ ਨਾਜ਼ੁਕ ਉਮਰ ਦੇ ਵਿੱਚ ਕਲਮ ਨੂੰ ਹਥਿਆਰ ਬਣਾ ਕੇ ਬੁਲੰਦ ਆਵਾਜ਼ ਵਿੱਚ ਨਾਰੇ ਲਾਏ, ਪੰਜਾਬੀ ਪੰਜਾਬੀ ਸੂਬਾ ਲੈ ਕੇ ਰਹਾਂਗੇ, ਸਾਡੀ ਮੰਗ ਪੂਰੀ ਕਰੋ। ਜਦ ਉਹਨਾਂ ਦੇ ਹਾਣ ਦੇ ਨਿਆਣੇ ਖੇਡਾਂ ਵਿੱਚ ਰੁੱਝੇ ਹੋਏ ਸੀ, ਉਹਨਾਂ ਨੇ ਰਾਜਨੀਤਿਕ ਸੰਘਰਸ਼ ਵਿੱਚ ਦਿਲਚਸਪੀ ਦਿਖਾਈ ਅਤੇ ਵੱਧ ਚੜ੍ਹ ਕੇ ਰੈਲੀਆਂ ਵਿੱਚ ਹਿੱਸਾ ਲਿੱਤਾ। ਕਿਸ ਨੂੰ ਪਤਾ ਸੀ ਕਿ ਫਿਰੋਜ਼ਪੁਰ ਦੇ ਪਿੰਡ ਦੇ ਇੱਕ ਸਧਾਰਨ ਘਰ ਦਾ ਮਾਸੂਮ ਬੱਚਾ ਇੱਕ ਦਿਨ ਐਡਾ ਪ੍ਰਤਿਸ਼ਠਿਤ ਮੁਕਾਮ ਹਾਸਲ ਕਰੇਗਾ। ਕ੍ਰਾਂਤੀਕਾਰੀ ਸੋਚ ਦੇ ਮਾਲਕ ਮੇਰੇ ਨਾਨਾ ਜੀ ਨੇ ਸੇਵਾ ਭਾਵ ਦੇ ਨਾਲ ਸਿਆਸਤ ਵਿੱਚ ਕਦਮ ਰੱਖਿਆ ਅਤੇ ਆਖਰੀ ਪੜਾਅ ਤੱਕ ਆਪਦੇ ਅਸੂਲਾਂ 'ਤੇ ਡਟੇ ਰਹੇ। ਉਹਨਾਂ ਨੇ ਕਦੇ ਸੱਚ ਦਾ ਪੱਲੜਾ ਨਹੀਂ ਛੱਡਿਆ। ਸਰਪੰਚੀ ਤੋਂ ਲੈ ਕੇ ਲੋਕ ਸਭਾ ਮੈਂਬਰ ਦੇ ਸਫ਼ਰ ਤੱਕ, ਪੰਜਾਬ ਸੂਬਾ ਕਾਂਗਰਸ ਦੀ ਪ੍ਰਧਾਨਗੀ ਤੋਂ ਲੈ ਕੇ ਪੰਜਾਬ ਖੇਤੀਬਾੜੀ ਦੇ ਮੰਤਰੀ ਦੇ ਸਫ਼ਰ ਤੱਕ ਉਹਨਾਂ ਨੇ ਕਈ ਉੱਚ ਅਹੁਦੇ ਪ੍ਰਾਪਤ ਕੀਤੇ। ਇਸ ਦੇ ਬਾਵਜੂਦ ਉਹ ਆਪਦੇ ਲੋਕ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ। ਸਾਡੇ ਨਾਨਾ ਜੀ ਦੀ ਕਹਾਣੀ ਦੇ ਪੰਨੇ ਸਾਡੀ ਪਿਆਰੀ ਨਾਨੀ ਜੀ ਸਰਦਾਰਨੀ ਮਲਕੀਤ ਕੌਰ ਦੇ ਜ਼ਿਕਰ ਬਿਨਾਂ ਅਧੂਰੇ ਹਨ। ਨਾਨਾ ਜੀ ਦੀ ਹਰ ਸਫਲਤਾ ਦੇ ਬਰਾਬਰ ਦੇ ਭਾਗੀਦਾਰ ਨੇ ਮੇਰੇ ਨਾਨੀ ਜੀ, ਜਿਨ੍ਹਾਂ ਨੇ ਉਹਨਾਂ ਦਾ ਹਰ ਸੁੱਖ ਦੁੱਖ ਵਿੱਚ ਸਾਥ ਦਿੱਤਾ। ਨਾਨਾ ਜੀ ਦਾ ਬੱਚਿਆਂ ਨਾਲ ਖਾਸ ਨਹੀਂ ਸੀ, ਭਾਵੇਂ ਉਹਨਾਂ ਦੀਆਂ ਧੀਆਂ ਹੋਣ ਇੰਦਰਾ ਸੁੰਦਰਾ ਜਾਂ ਧੀਆਂ ਸਮਾਨ ਭਤੀਜੀਆਂ ਅਤੇ ਭਤੀਜੇ, ਉਹਨਾਂ ਨੇ ਬੱਚਿਆਂ ਨਾਲ ਰਲ ਕੇ ਆਪ ਵੀ ਬੱਚਿਆਂ ਵਾਂਗ ਹੋ ਜਾਣਾ। ਮੈਂ ਉਹਨਾਂ ਦੀ ਦੋਤੀ ਜੈ ਗਿੱਲ, ਉਹਨਾਂ ਦੀ ਛੋਟੀ ਲਾਡਲੀ, ਤੋ ਆਪ ਅੱਜ ਇੱਕ ਲਾਡੋ ਦੀ ਮਾਂ ਹੋਣ ਤੱਕ ਦਾ ਸਫ਼ਰ ਉਹਨਾਂ ਦੇ ਪਿਆਰ ਅਤੇ ਖੇੜੇ ਭਰੇ ਵਿਹੜੇ ਵਿੱਚ ਬੜੇ ਨਾਜ਼ਾਂ ਨਾਲ ਬਤੀਤ ਕੀਤਾ ਹੈ। ਮੇਰੀ ਯਾਦਾਂ ਦਾ ਪਿਟਾਰਾ ਉਹਨਾਂ ਦੇ ਖੇਡ ਖੇਡਾਂ ਦੇ ਹਾਸੇ ਨਾਲ ਗੂੰਜਦਾ ਹੈ। ਜੇ ਹੰਝੂਆਂ ਦੀ ਪੌੜੀ ਲਾ ਕੇ ਮੈਂ ਕਿਤੇ ਸਵਰਗ ਦੇ ਬੂਹੇ ਪਹੁੰਚ ਸਕਦੀ ਤਾਂ ਮੈਂ ਆਪਣੇ ਨਾਨਾ ਜੀ ਨਾਲ ਇੱਕ ਆਖਰੀ ਵਾਰ ਉਹਨਾਂ ਤੋਂ ਚੜ੍ਹਦੀ ਕਲਾ ਸੁਣ ਕੇ ਆਉਂਦੀ। ਇਹ ਜ਼ਖਮ ਭੁਲਾਇਆ ਤਾਂ ਨਹੀਂ ਜਾ ਸਕਦਾ, ਪਰ ਮੈਂ ਉਮੀਦ ਕਰਦੀ ਹਾਂ ਕਿ ਸਵਰਗ ਦੇ ਸੋਹਣੇ ਬਾਗਾਂ ਵਿੱਚ ਨਾਨਾ ਜੀ ਆਪਣੇ ਚਿੱਟੇ ਕੁੜਤੇ ਪਜਾਮੇ ਉੱਤੇ ਕਾਲੀ ਐਚਕਟ ਪਾਏ ਸੋਟੀ ਖੜਕਾਉਂਦੇ ਖੁਸ਼ੀਆਂ ਵਰਤਾਉਂਦੇ ਜਾਣ। ਫਿਰ ਮੁਲਾਕਾਤ ਹੋਣ ਤੱਕ ਨਾਨਾ ਜੀ ਦੇ ਲਫ਼ਜ਼ ਦੁਹਰਾਵਾਂਗੇ, ਕਰ ਭਲਾ
हो भला अंत भले दा भला। वाहेगुरू जी का खालसा वाहेगुरू जी की। सर हरमिंदर सिंह गिल जी ने अपनी सारी जिंदगी सेवा च लगाई और एक ऐसा मुकाम दुनिया के उपर कायम किया जड़ा कि रेंदी दुनिया तक याद रहेगा। अज असी उन्होंने ग्रैंड डॉटर के नाल गल कर रहे हैं उन्होंने लाइफ के बारे। बेटा तुहाडा स्वागत है साडे स्पैशल शो च। की कहना चाहोगे उस महान इंसान के बारे जिन्हें ऐसिया पॉजिटिविटियां और ऐसी जिंदगी दे विच वाइब्स जिन्हें छड़िया है पॉजिटिव वाइब्स जिदे नाल अज सारा जिहड़ा है जो भी ओरा उन्होंने बनाया सीगा सारे का सारा जिहड़ा महक रहा। जी थोड़ा बहुत बहुत धन्यवाद कि तुसी साडे नाल साडे दुख च शामिल होए हो इत्थे आए हो अफसोस करन। ते नाना जी इन्नी शानदार जिंदगी जी के गए ने ते इन्नी वड्डी मिसाल ने साडे सारियां लई कि उन्हां दा इस दुनिया तों पीसफुली जाना ये रब दी एक बहुत बहुत वड्डी देन है। ते जे गल करिए उन्हां दी सारी अचीवमेंट्स दी तो जिन्ना कहा जाए उन्ना घट है, पर वन ऑफ द मोस्ट इंपोर्टेंट मैसेजेस जो हमेशा दोहराते सी जो उन्हों का मोटो सी लाइफ का वो आही सी कि कर भला हो भला अंत भले का भला। तो उ गल सच रह गई अज उन्होंने जिनी भलाई की असी देखते हैं कि अज भी सारे उन्होंने बारे भली चीज़ा ही कह के गए ने। जिन्हें भी लोग साडे कोल अफसोस करन आए ने उन्होंने हमेशा नाना जी की अच्छाई बारे उन्होंने सरल सुभाव बारे उन्होंने खुश मजाज सुभाव बारे गल की। तो एक बहुत वड्डी गल हुंदी है कि पूरी उम्र जिहड़ी उन्होंने बेदाग जिंदगी जी है जो उन्होंने कपड़िया तो भी झलकता सी पूरी उम्र चिट्टी पग चिट्टा कुर्ता पजामा वो एक बेदाग जिंदगी जी के गए ने। ते आज भी जो असी उन्होंने याद करते हैं तो बहुत दिलों खुशी होंगी है कि वो साडे लिए इन्नी वड्डी मिसाल बन के गए ने। ही इज समबडी दैट वी हैव ऑलवेज लुक्ड अप टू एंड ही इज द बिगेस्ट सोर्स ऑफ इंस्पिरेशन फॉर आर एंटायर फैमिली। बेटा अज तो अभियान जोड़ा है हूँ जो गौरमेंट ने बहुत शुरू किए है बेटी बचाओ बेटी पढ़ाओ, लेकिन वो एक ऐसे इंसान जिन्होंने 92 के ही जो परण ले लिया कि मैं बेटियां मेरे दो बेटिया सीगिया उन्होंने और उन्होंने दो बेटिया के नाल ही कहा कि नहीं मेरिया बेटिया जड़िया वो मेरे बेटे ही आ। और उन्होंने बेटिया उस टाइम दे कंजरवेटिव टाइम जदों के बहुत ज़्यादा लड़की नू जिहड़ा हैगा इन्नी मतलब ज़्यादा प्रॉब्लम समझा जाता सीगा उस टाइम के उपर उन्होंने बच्चियां नू बेटियां नू एक ऐसा नैटवर्क दिता इन्ना उन्होंने पॉजिटिविटी दी कि अज जिहड़ियां बेटियां बेटिया का रूप धारण करके और समाज लई एक मिसाल बनिया ने। और तुम भी उन्होंने एक बेटी के बच्चों ही जोड़े है उन्होंने एक बेटी हो और तुम भी अज समाज दचाइया छू रहे हो सारा परिवार जोड़ा है उन्होंने उन्होंने पॉजिटिव वाइब्स के करके उन्होंने नर्म सुभा के करके जो जिंदगी उचाई के उत्ते आए। असं बहुत खुश नसीब हाँ कि साढ़े फैमिली के सीनियर मोस्ट मैंबर की इन्नी रेवोल्यूशनरी इन्नी प्रोग्रेसिव थिंकिंग सी भावें वो पिंड तो उठ के आए पर उन्होंने कदे आपदी बेटियां नू इंदिरा सुंदरा नू इदां नहीं फील होन दिता कि वह मुंडिया तो घट ने। उन्होंने उन्होंने मुंडिया नालों वध फ्रीडम दी उस समय के विच ते असी गां उन्हां दियां दोतियां उन्होंने कदे साडे नाल ही गल तक दा जिक्र भी नहीं किया कि मुंडे ते कुड़ियां विच कोई फर्क है। सो ये बहुत वड्डी गल है कि इहो जिहे समाज विच जिथे लोग हजे भी छोटी बच्चियां दी हत्या ते होर यहोजियां गल्लां नाल जूझ रहे ने अज भी उस टाइम दे विच नाना जी की सोच इन्नी प्रोग्रेसिव सी कि उन्होंने कदे फर्क नहीं किया। तो उन्होंने कहा कि मेरिया धियां किसी मुंडे नालों घट नहीं है। तो आही सोच करके उन्होंने आपदी कुड़ियां नू इहोजे घर अगे व्याया जिथे उन्होंने दोनों दमाद भी उन्होंने बेटे बन के रहे इन्ना प्यार सी। तो गां हुण जिहड़े उन्होंने पर दो ते दमाद ने भी उन्होंने बेटिया वाग प्यार किया उन्होंने क्योंकि आही कहा कि मेरी बेटियां तो मेरिया रहनगियां ही पर मैं दो आप दे मुंडे घर विच लिया रहा मेरे दमाद नहीं है। तो यह बहुत वड्डी गल हुंदी है किसी नूं इन्ना प्यार मिलना आप दे जीवन च। और बेटा जिस तरीके नाल भोग दे उत्ते ठाठा मारदा जिहड़ा हज़ारां दा कट सी और हज़ारां दा कट दे विच ਉਹੀ ਉਦਾਸੀ ਉਹੀ ਪਰੇਸ਼ਾਨੀ ਉਹੀ ਉਹਨਾਂ ਨੂੰ ਯਾਦਾਂ ਉਹਨਾਂ ਦੀਆਂ ਕਿ ਕਿਸ ਤਰੀਕੇ ਨਾਲ
ਮਤਲਬ ਉਹਨਾਂ ਦਾ ਇੰਨਾ ਵੱਡਾ ਜਿਹੜਾ ਉਹਰਾ ਬਣਾਇਆ ਹੋਇਆ ਸੀਗਾ ਕਿ ਪਤਾ ਹੀ ਨਹੀਂ ਤੁਹਾਨੂੰ, ਤੁਸੀਂ ਵੀ ਨਹੀਂ ਸੋਚ ਸਕਦੇ ਕਿ ਕਿੰਨੇ ਲੋਕ ਹਲੇ ਬਾਅਦ ਵਿੱਚ ਹੀ ਤੁਹਾਨੂੰ ਮਤਲਬ ਉਹਨਾਂ ਦੀ ਪੋਜ਼ਿਟਿਵਿਟੀ ਦੇ ਬਾਰੇ ਜੋ ਜੋ ਉਹਨਾਂ ਨੇ ਭਲੇ ਕੀਤੇ ਆ ਦੁਨੀਆਂ ਦੇ ਉੱਤੇ ਉਹ ਅੱਗੇ ਆਉਣਗੇ। ਸੋਚਦੇ ਤੁਸੀਂ ਕਿ ਇੱਕ ਬੰਦੇ ਦੀ ਰੀਅਲ ਕਮਾਈ ਜਿਹੜੀ ਹੈਗੀ ਆ ਉਹ ਉਹੀ ਹੁੰਦੀ ਹੈ? ਜੀ ਮੈਂ ਉਹਨਾਂ ਦੇ ਸੰਸਕਾਰ ਅੰਤਿਮ ਅਰਦਾਸ ਦੇ ਵੇਲੇ ਤੇ ਸੰਸਕਾਰ ਤੇ ਭੋਗ ਤੇ ਆਏ ਆਹੀ ਸਾਰਿਆਂ ਨੂੰ ਆਹੀ ਕਿਹਾ ਸੀ ਕਿ ਸਾਡੇ ਨਾਨਾ ਜੀ ਦੀ ਜਿਹੜੀ ਅਸਲੀ ਕਮਾਈ ਹੈ, ਉਹਨਾਂ ਦੇ ਜੀਵਨ ਦੀ ਪੂੰਜੀ, ਉਹ ਪਿਆਰ ਤੇ ਉਹ ਸਤਿਕਾਰ ਹੈ ਜਿਹੜੇ ਉੱਥੇ ਇਕੱਠ ਹੋਏ ਸਾਰੇ ਜਣਿਆਂ ਤੋਂ ਉਹਨਾਂ ਨੇ ਬਟੋਰਿਆ। ਇੱਕ ਇਨਸਾਨ ਦੀ ਮਹਾਨਤਾ ਉਸ ਤੋਂ ਨਹੀਂ ਪਤਾ ਲੱਗਦੀ ਕਿ ਉਹ ਕਿਹੜੀ ਗੱਡੀ ਚਲਾਉਂਦੇ ਆ ਜਾਂ ਕਿਹੜੀ ਘੜੀ ਲਾਉਂਦੇ ਆ ਜਾਂ ਕਿਸ ਘਰ ਵਿੱਚ ਰਹਿੰਦੇ ਆ, ਉਹ ਉਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਚਲੇ ਜਾਂਦੇ ਆ ਉਹਨਾਂ ਦੇ ਪਿੱਛੋਂ ਕਿੰਨੇ ਲੋਕ ਉਹਨਾਂ ਨਾਲ ਜੁੜੀਆਂ ਯਾਦਾਂ ਲੈ ਕੇ ਉਹਨਾਂ ਨੂੰ ਕਿੰਨਾ ਅਫਸੋਸ ਹੁੰਦਾ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਉਹਨਾਂ ਦੀ ਦੋਹਤੀ ਹਾਂ, ਉਹਨਾਂ ਨੇ ਜਿਹੋ ਜਿਹੇ ਕੰਮ ਕੀਤੇ ਨੇ ਉਹ ਅੱਜ ਵੀ ਸਾਰਿਆਂ ਲਈ ਮਿਸਾਲ ਹੈ। ਕਾਂਗਰਸ ਪਾਰਟੀ ਦੇ ਜਿੰਨੇ ਹੈੱਡ ਵੀ ਮੌਜੂਦ ਸੀ ਉਹ ਅੱਜ ਵੀ ਕਹਿੰਦੇ ਕਿ ਜਿਹੜੇ ਅਸੂਲਾਂ ਨਾਲ ਉਹਨਾਂ ਨੇ ਪਾਰਟੀ ਬਣਾਈ ਸੀ ਅਤੇ ਪਾਰਟੀ ਦੇ ਨਾਲ ਜੁੜੇ ਰਹੇ, ਅਸੀਂ ਅੱਜ ਵੀ ਉਹੀ ਅਸੂਲਾਂ 'ਤੇ ਡਟੇ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹ ਅੰਤ ਤੱਕ ਆਪਦੇ ਅਸੂਲਾਂ 'ਤੇ ਡਟੇ ਰਹੇ। ਅਤੇ ਅੱਜ ਵੀ ਜਿੰਨੇ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਬਹੁਤ ਪਿਆਰ ਨਾਲ ਅਤੇ ਬਹੁਤ ਸਤਿਕਾਰ ਨਾਲ ਯਾਦ ਕਰਦੇ ਨੇ। ਅਤੇ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਾਈ ਆਹੀ ਹੈ ਕਿ ਉਹਨਾਂ ਨੂੰ ਲੋਕਾਂ ਤੋਂ ਇੰਨਾ ਜ਼ਿਆਦਾ ਸਤਿਕਾਰ ਅਤੇ ਪਿਆਰ ਮਿਲਿਆ ਹੈ। ਐਂਡ ਉਹ ਚੀਜ਼ ਝਲਕਦੀ ਸੀ ਫਰੋਮ ਦ ਫੈਕਟ ਕਿ ਕੋਵਿਡ ਟਾਈਮਸ ਦੇ ਵਿੱਚ ਵੀ ਇੰਨੇ ਲੋਕਾਂ ਦਾ ਇਕੱਠ, ਇੰਨੇ ਲੋਕ ਆਪਦੇ ਸਾਡੇ ਨਾਲ ਜੁੜੇ ਅਫਸੋਸ ਕਰਨ ਦੇ ਲਈ। ਸੋ ਇਹ ਬਹੁਤ ਬਹੁਤ ਵੱਡੀ ਗੱਲ ਹੈ ਕਿ ਇੰਨੇ ਖਤਰਨਾਕ ਬਿਮਾਰੀ ਦੇ ਚੱਲਦੇ ਵੀ ਲੋਕ ਆਏ ਅਤੇ ਉਹ ਸਿਰਫ ਉਹਨਾਂ ਦੇ ਪਿਆਰ ਕਰਕੇ ਖਿੱਚੇ ਆਏ ਨੇ ਸਾਡੇ ਕੋਲ। ਬੇਟਾ ਬਹੁਤ ਇਹ ਜਿਹੜਾ ਘਾਟਾ ਹੈਗਾ ਉਹ ਤਾਂ ਸਾਰੀ ਜ਼ਿੰਦਗੀ ਪੂਰਾ ਨਹੀਂ ਹੋ ਸਕਦਾ, ਔਰ ਲੇਕਿਨ ਜਿਸ ਤਰੀਕੇ ਦੀਆਂ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਬਲੈਸਿੰਗਸ ਦਿੱਤੀਆਂ, ਜਿਸ ਦੇ ਨਾਲ ਤੁਸੀਂ ਅੱਜ ਦੁਨੀਆ ਦੇ ਵਿੱਚ ਆਪਣਾ ਜਿਹੜਾ ਨਾਮ ਕਮਾ ਰਹੇ ਹੋ, ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੀ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਕੀ ਤੁਹਾਡਾ ਅੰਤਿਮ ਜਿਹੜਾ ਹੈਗਾ ਮੈਸੇਜ ਰਹੂਗਾ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਉਸ ਮਹਾਨ ਸ਼ਖਸੀਅਤ ਦੇ ਬਾਰੇ? ਜਦ ਵੀ ਨਾਨਾ ਜੀ ਨੂੰ ਯਾਦ ਕਰਦੇ ਹਾਂ ਇੱਕ ਗੱਲ ਹਮੇਸ਼ਾ ਨਿਖਰ ਕੇ ਆਉਂਦੀ ਹੈ ਕਿ ਉਹਨਾਂ ਦਾ ਬੱਚਿਆਂ ਨਾਲ ਖਾਸ ਨਹੀਂ ਸੀ। ਉਹ ਆਹੀ ਕਹਿੰਦੇ ਸੀ ਕਿ ਸਾਡੇ ਦੇਸ਼ ਦਾ ਫਿਊਚਰ ਬੱਚੇ ਨੇ ਅਤੇ ਬੱਚਿਆਂ ਨੂੰ ਸ਼ੁਰੂ ਤੋਂ ਚੰਗੀ ਸਿੱਖਿਆ ਦੇਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੀ ਅਤੇ ਵੱਡੀ ਸਿੱਖਿਆ ਆਹ ਕਿ ਮੁੰਡੇ ਅਤੇ ਕੁੜੀਆਂ ਵਿੱਚ ਕੋਈ ਫਰਕ ਨਹੀਂ ਅਤੇ ਨਾ ਹੀ ਕਦੇ ਕਰਨਾ ਚਾਹੀਦਾ ਹੈ ਕਿਉਂਕਿ ਦੋਵੇਂ ਹੀ ਬੱਚਿਆਂ ਵਿੱਚ ਇੰਨੀ ਕਾਬਲੀਅਤ ਹੈ ਕਿ ਉਹ ਅੱਗੇ ਵੱਧ ਚੜ੍ਹ ਕੇ ਦੇਸ਼ ਦਾ ਬਹੁਤ ਭਲਾ ਕਰ ਸਕਣ। ਅਤੇ ਦੂਜੀ ਚੀਜ਼, ਦ ਵਰਡਸ ਦੈਟ ਹੀ ਲਿਵਡ ਬਾਏ ਆਲਵੇਜ਼ ਵਰ ਕਰ ਭਲਾ, ਹੋ ਭਲਾ, ਅੰਤ ਭਲੇ ਦਾ ਭਲਾ, ਕਿ ਜਿੰਨੀ ਭਲਾਈ ਕਰ ਸਕਦੇ ਹੋ ਉਨੀ ਭਲਾਈ ਕਰੋ ਕਿਉਂਕਿ ਰੱਬ ਸਭ ਵੇਖਦਾ ਹੈ। ਅਤੇ ਅੰਤ ਵਿੱਚ ਤੁਸੀਂ ਨਾਲ ਆਪਦੇ ਨਾਲ ਉਹੀ ਰਿਸ਼ਤੇ ਅਤੇ ਉਹੀ ਨਾਤੇ ਲੈ ਕੇ ਜਾਣੇ ਨੇ। ਅੰਤ ਵਿੱਚ ਕੁਛ ਨਹੀਂ ਰਹਿ ਜਾਣਾ, ਮੋਹ ਮਾਇਆ ਕੁਛ ਵੀ ਨਹੀਂ, ਅੰਤ ਵਿੱਚ ਉਹੀ ਰਹਿ ਜਾਣਾ ਜਿਹੜੀ ਭਲਾਈ ਤੁਸੀਂ ਲੋਕਾਂ ਲਈ ਕੀਤੀ ਅਤੇ ਉਸੇ ਦਾ ਸ਼ੁਕਰਾਨਾ ਕਰਨ ਆਉਣਗੇ ਅਤੇ ਉਸੇ ਗੱਲ ਨਾਲ ਯਾਦ ਕਰਨਗੇ ਲੋਕ ਤੁਹਾਨੂੰ ਜਦੋਂ ਤੁਸੀਂ ਇਸ ਦੁਨੀਆਂ ਤੋਂ ਚਲੇ ਗਏ। ਉਹੀ ਦੁਆਵਾਂ ਲੈ ਕੇ ਜਾਊਂਗੇ। ਥੈਂਕ ਯੂ ਜੀ।